ਅਤੇ ਇਹ ਕਹਿੰਦੇ ਨੇ ਮੇਰੀ ਇੱਕ ਭੈਣ ਟੋਰਾਂਟੋ ਰਹਿੰਦੀ ਹੈ, ਇੱਕ ਸਿਸਟਰ ਕਹਿੰਦਾ ਮੇਰੀ ਪਾਣੀਪਤ ਰਹਿੰਦੀ ਹੈ, ਦੋ ਬ੍ਰਦਰ ਦਿੱਲੀ ਰਹਿੰਦੇ ਆ। ਉਹ ਕਹਿੰਦਾ ਮੈਨੂੰ ਭਰਾਵਾਂ ਨੇ ਕੁੱਟ ਕੇ ਕੱਢਿਆ ਘਰੋਂ ਬਾਹਰ। ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਮੈਂ ਦਿੱਲੀ ਦਾ ਰਹਿਣ ਵਾਲਾ ਹਾਂ। ਅੱਛਾ ਜੀ, ਅਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸੇ ਤਰ੍ਹਾਂ ਸੜਕਾਂ ਦੇ ਉੱਤੇ? 4 ਸਾਲ ਹੋ ਗਏ। ਮੇਰੇ ਮਾਂ ਪਿਓ ਐਕਸਪਾਇਰ ਹੋ ਗਏ, ਤਾਂ ਕਰਕੇ ਫਿਰ ਮੇਰੇ ਬ੍ਰਦਰੋਂ ਨੇ, ਮੇਰੇ ਭਾਈ ਨੇ ਮੈਨੂੰ ਘਰੋਂ ਅਤੇ ਨਿਕਾਲਤਾ। ਮੈਨੂੰ ਮਾਰਿਆ, ਕੁੱਟਿਆ ਉਹਨਾਂ ਨੇ, ਬਹੁਤ ਬੁਰੀ ਤਰ੍ਹਾਂ ਮਾਰਿਆ। ਭੈਣਾਂ ਜੀ? ਭੈਣਾਂ ਦੋ ਹੈ, ਇੱਕ ਵਿਦੇਸ਼ 'ਚ ਰਹਿੰਦੀ ਆ, ਇੱਕ ਪਾਣੀਪਤ 'ਚ ਰਹਿੰਦੀ ਆ। ਹਾਂਜੀ, ਉਹਨਾਂ ਨੂੰ ਤੁਸੀਂ ਮਿਲ ਨਹੀਂ ਸਕੇ ਜਾਂ ਉਹ ਉਹਨਾਂ ਦਾ ਵੀ ਰਵੱਈਆ ਸੇਮ ਆ ਤੁਹਾਡੇ ਨਾਲ? ਉਹਨਾਂ ਦੇ ਹੀ ਉਹੀ ਹੈ, ਦੋਨੇ ਉਸੇ ਤਰ੍ਹਾਂ ਹੀ ਆ। ਘਰ ਬਾਰ ਦੇ ਹੁੰਦੇ ਆ, ਮਾਤਾ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਤੁਸੀਂ ਹੁਣ ਲਾਵਾਰਿਸ ਹੋ? ਲਾਵਾਰਿਸ ਆ ਬਿਲਕੁਲ। ਮੈਂ ਬਸ ਅਬ ਆਪਣਾ ਇਹ ਸਮਾਨ ਕਮਾਉਣ ਕਰਕੇ ਆਪਣਾ ਇੱਥੇ ਹੀ ਪੈ ਜਾਂਦੇ ਹਾਂ, ਰਾਤੀ ਇੱਥੇ ਹੀ ਸੋ ਜਾਂਦੇ ਹਾਂ। ਫਿਰ ਸਵੇਰੇ ਉੱਠ ਕੇ ਇਸ਼ਨਾਨ ਉਸ਼ਨਾਨ ਕਰਕੇ, ਆਪਣੇ ਕੇਸ ਵੇਸ ਕਰਕੇ, ਫਿਰ ਉਹਦੇ ਬਾਅਦ ਦਸਤਾਰ ਵਸਤੂਰ ਬੰਨ੍ਹ ਕੇ, ਫਿਰ ਆਪਣਾ ਪਾਠ ਵੂਠ ਕਰਕੇ, ਫਿਰ ਆਪਣਾ ਦੁੱਧ ਲੈਣ ਕੇ, ਫਿਰ ਮੈਂ ਫਿਰ ਇੱਥੇ ਆ ਕੇ ਦੁਕਾਨ ਲਾਉਂਦੀ ਹਾਂ। ਫਿਰ ਸਰੀਰਕ ਤੌਰ 'ਤੇ ਵੀ ਚੈਲੇਂਜ ਹੋ ਤੁਸੀਂ, ਇਹ ਸਮੱਸਿਆ ਕੀ ਹੈ? ਇਹ 3 ਸਾਲ ਦੀ ਉਮਰ 'ਚ ਮੇਰਾ ਪੈਰਾਲਾਈਜ ਹੋ ਗਿਆ ਸੀ, ਅੱਧੀ ਸਾਈਡ ਮੇਰੀ ਮਾਰੀ ਗਈ ਆ, ਪਰ ਫਿਰ ਵੀ ਮੈਂ ਆਪਣੀ ਮਿਹਨਤ ਕਰਨੀ ਆ, ਫਿਰ ਵੀ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣੇ। ਕਰਿਆ ਪਰ ਮਗਰ ਉਹ ਨਹੀਂ, ਉਹਨਾਂ ਨੇ ਪੁੱਛਿਆ ਨਹੀਂ ਤੁਹਾਨੂੰ? ਜੇ ਤੁਸੀਂ ਦੁਬਾਰਾ ਗਏ ਸੀ ਫਿਰ ਕੀ ਹੋਇਆ ਤੁਹਾਡੇ ਨਾਲ ਉੱਥੇ? ਕੱਖ ਨਹੀਂ ਹੋਇਆ। ਪੁੱਛਿਆ ਨਹੀਂ ਕਿਸੇ ਨੇ? ਕੀ ਕਹਿੰਦੇ ਆ ਜੀ ਫਿਰ ਤੁਹਾਡੇ ਭਰਾ? ਜਦੋਂ ਤੂੰ ਅੱਜ ਅੱਜ ਦੇ ਪੱਲੇ ਤੂੰ ਮਰ ਜਾ ਸਾਲੇ, ਉਹ ਹੀ ਸਹੀ ਕਹਿੰਦੇ, ਗਾਲਾਂ ਕੱਢਦੇ ਜੀ। ਆਸ਼ਰਮ ਰੋਡ ਦੇ ਉੱਤੇ ਮਕਾਨ ਦੱਸ ਦਿਓ, ਕਿਸੇ ਕਲੋਨੀ 'ਚ ਆਪਣਾ ਹੈ, 40-50 ਗਜ਼ 'ਚ ਮਕਾਨ ਹੈਗਾ। ਜੇ ਮਕਾਨ ਦੇਖਿਆ ਉਸ ਏਰੀਏ 'ਚ ਜਿਹੜਾ 40-50 ਗਜ਼ ਦਾ ਮਕਾਨ ਜਿਹੜਾ ਹੈਗਾ, ਉਹ ਭਾਈ ਸਾਹਿਬ ਮਕਾਨ ਦੀ ਕੀਮਤ 2 ਜਾਂ 2.5 ਕਰੋੜ ਦੀ ਅੱਜ ਦੀ ਡੇਟ 'ਚ ਹੋਣੀ ਉਸ ਮਕਾਨ ਦੀ ਕੀਮਤ ਜਿਹੜੀ ਹੋਣੀ ਹੈ। ਇਹ ਕਹਿੰਦੇ ਜਾਂ ਤਾਂ ਮੈਨੂੰ ਉਹਦੇ ਮਕਾਨ ਦਾ ਹਿੱਸਾ ਦੇ ਦੇਣ। ਇਹ ਵਿਚਾਰਾ ਦਰ ਦਰ ਦੇ ਠੋਕਰ ਖਾਂਦਾ ਫਿਰਦਾ। ਪਹਿਲਾਂ ਦਿੱਲੀ ਨਿਕਲ ਕੇ ਫਤਿਹਗੜ੍ਹ ਸਾਹਿਬ 'ਚ ਰਹੇ, ਫਤਿਹਗੜ੍ਹ ਸਾਹਿਬ ਤੋਂ ਕਹਿੰਦੇ ਅਸੀਂ ਕੁਰਾਲੀ ਆ ਗਏ, ਕੁਰਾਲੀ ਤੋਂ ਰੋਪੜ ਇੱਥੇ ਡੇਰਾ ਲਾਇਆ ਇਹਨਾਂ 7 ਕੁ ਦਿਨ ਤੋਂ। ਆਹ ਸੈਟਅਪ ਲਾਇਆ ਇਹਨਾਂ ਨੇ, ਇਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਦੇ ਜਾਂਦਾ। ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਜਿਹੜੇ ਬ੍ਰਦਰ ਨੇ ਉਹਨਾਂ ਨੂੰ ਕਹਿੰਦੇ ਹਾਂ ਵੀ ਭਰਾਵੋ, ਜੇ ਤੁਸੀਂ ਸਾਂਭ ਸਕਦੇ ਹੋ ਇਹਨੂੰ ਤਾਂ ਸਾਂਭੋ ਤੁਸੀਂ ਇਹਨੂੰ, ਤੁਹਾਡਾ ਪਰਿਵਾਰ ਜਿਹੜਾ ਕੋਈ ਮਤਲਬ ਉਲਝਿਆ ਵਾ ਉਹਨੂੰ ਬੈਠ ਕੇ ਹੱਲ ਕਰੋ, ਤਾਂ ਕਿ ਭਰਾ ਸਾਡਾ ਇਹ ਦਰਦ ਦੇ ਠੁੱਕਣ ਖਾਵੇ। ਬਾਣਾਧਾਰੀ ਸਿੰਘ ਹੈ, ਅਤੇ ਅਸੀਂ ਤਾਂ ਇਹ ਵੀ ਸਾਨੂੰ ਚਾਹੁੰਦੇ ਹਾਂ ਵੀ ਗੁਰੂ ਦਾ ਸਿੰਘ ਰੁਲ ਰਿਹਾ ਜਗ੍ਹਾ ਜਗ੍ਹਾ ਦੇ ਉੱਤੇ, ਅਤੇ ਇੱਦਾਂ ਨਹੀਂ ਹੋਣਾ ਚਾਹੀਦਾ। ਮੈਂ ਤਾਂ ਇਹ ਕਹਿੰਦਾ ਜੇ ਇਹਨਾਂ ਦੇ ਘਰ ਦੇ ਦੇਖਦੇ ਆ ਤਾਂ ਬੇਨਤੀ ਆ ਉਹਨਾਂ ਨੂੰ ਕਿ ਜਿੰਨਾ ਹੱਕ ਤੁਹਾਡਾ ਉਹ ਘਰ ਦੇ ਉੱਤੇ ਸੀ ਉਨਾ ਹੀ ਇਹਨਾਂ ਦਾ, ਮਾਪੇ ਇਹਨਾਂ ਦੇ ਵੀ ਉਨੇ ਹੀ ਸੀ। ਜਿਹੜੀ ਸਿਸਟਰ ਜੀ ਟੋਰਾਂਟੋ ਬੈਠੇ ਆ, ਅਸੀਂ ਉਹ ਭੈਣ ਜੀ ਨੂੰ ਬੇਨਤੀ ਕਰਦੇ ਹਾਂ, ਦੇਖੋ ਤੁਹਾਡਾ ਬ੍ਰਦਰ ਹੈ, ਚਾਹੇ ਉਹਨੂੰ ਪੈਰਲੈਸ ਹੋਇਆ, ਉਹ ਦਰਦ ਨੇ ਠੁੱਕਣ ਖਾ ਰਿਹਾ ਹੈ ਨਾ। ਜਿਹੜੀ ਸਿਸਟਰ ਹੈ ਪਾਣੀਪਤ ਵਾਲੀ, ਅਸੀਂ ਉਹਨੂੰ ਬੇਨਤੀ ਕਰਦੇ ਹਾਂ। ਇਹਦਾ ਜਿਹੜਾ ਬ੍ਰਦਰ ਹੈ, ਇੱਕ ਜਿਹੜਾ ਇਹਨੂੰ ਵਿਛੜ ਕੇ ਚਲਾ ਗਿਆ 15-20 ਸਾਲ ਹੋ ਗਿਆ, ਮੈਨੂੰ ਮਿਲਿਆ ਹੀ ਨਹੀਂ ਉਹ ਦਿੱਲੀ 'ਚ, ਅਤੇ ਇੱਕ ਜਿਹੜਾ ਬ੍ਰਦਰ ਨੇ ਜਿਹੜਾ ਮਕਾਨ ਸਾਂਭਿਆ ਹੋਇਆ, ਅਸੀਂ ਉਹਨੂੰ ਕਹਿੰਦੇ ਹਾਂ ਵੀ ਭਰਾਵਾ ਇਹਨਾਂ ਦਾ ਕੁਛ ਲੈ ਜਾ ਇਹਨਾਂ ਨੂੰ ਇੱਥੇ ਆ ਕੇ, ਜੇ ਨਹੀਂ ਲੈ ਕੇ ਜਾਊਗਾ ਭਾਜੀ ਇਹ ਦੇਖੋ ਇਹਨਾਂ ਦਾ ਅਸੀਂ ਅੱਜ ਕਰ ਲਾਂਗੇ, ਕੱਲ੍ਹ ਹੋਰ ਕਰ ਲੂਗਾ, ਪਰਸੋਂ ਕੋਈ ਹੋਰ ਕਰ ਲੂਗਾ, ਹੈ ਨਾ। ਇਹ ਵਿਚਾਰੇ ਦੇ ਹਾਲਤ ਇੱਦਾਂ ਹੀ ਰਹਿਣਾ। ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਹੈ? ਜੇ ਕੋਈ ਤੁਹਾਡਾ ਵੀਰ ਭਰਾ ਹੈ ਇਸ ਪਾਸੇ ਨੂੰ ਮੂੰਹ ਕਰ ਲਿਓ ਜੀ, ਜੇ ਕੋਈ ਮਦਦ ਕਿਸੇ ਤਰ੍ਹਾਂ ਦੀ ਤੁਹਾਨੂੰ ਜਿਹੜੀ ਜ਼ਰੂਰਤ ਹੈ, ਜੇ ਕੋਈ ਕਰਨਾ ਚਾਹੇ। ਕੋਈ ਕੱਖ ਜ਼ਰੂਰਤ ਨਹੀਂ ਹੈ, ਬਸ ਇਹ ਹੈ ਬੇਨਤੀ ਜੋ ਕੋਈ ਮੇਰੀ ਵੀਡੀਓ ਵੇਖ ਰਿਹਾ ਹੋਵੇ, ਕੋਈ ਮੈਨੂੰ ਕੁਛ ਕਰ ਰਿਹਾ ਹੋਵੇ, ਤਾਂ ਮੇਰੀ ਜੋ ਆਪਣੇ ਮਾਂ ਬਾਪ ਦੀ ਸੇਵਾ ਕਰ ਲਏ, ਉਹੀ ਮੈਨੂੰ ਬਸ ਬਿਹਤਰ ਹੈ। ਬਸ ਇਹ ਤੁਸੀਂ ਸੁਨੇਹਾ ਹੀ ਦੇਣਾ ਚਾਹੁੰਦੇ ਹੋ? ਬਸ
ਤੁਹਾਡੇ ਭਰਾ ਜਾਂ ਤੁਹਾਡੇ ਭੈਣਾਂ ਆ ਕੇ ਤੁਹਾਨੂੰ ਲੈ ਜਾਣ, ਫਿਰ ਤੁਸੀਂ ਚੱਲ ਜਾਓਗੇ ਉਹਨਾਂ ਦੇ ਨਾਲ? ਉਹ ਅੱਛੇ ਦੇ ਨਾਲ ਲੈ ਜਾਵੇ ਤਾਂ ਮੈਂ ਚਲਾ ਜਾਵਾਂਗਾ। ਕੋਈ ਵੀ ਆਪਣਾ ਮਾਂ ਬਾਪ ਦੇ ਆਪਣੇ ਭੈਣ ਭਾਈ ਨੂੰ ਕਦੀ ਵੀ ਤੰਗ ਨਾ ਕਰੇ, ਇਹ ਮੇਰੀ ਰਿਕੁਐਸਟ ਹੈ। ਜੈਸੇ ਮੈਂ ਰਹਿ ਰਿਹਾ ਐਸਾ ਕੋਈ ਭਾਈ ਨਾ ਰਹੇ। ਉਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਾਈਓ ਦੇ ਨਾਲ, ਭੈਣਾਂ ਦੇ ਨਾਲ। ਇਸ ਸਮੇਂ ਜਿਹੜੇ ਹੈਗੇ ਰੋਪੜ ਦੇ ਵਿੱਚ ਪਟਵਾਰ ਖਾਨਾ ਹੈ ਜੀ, ਬਿਲਕੁਲ ਪਟਵਾਰ ਖਾਨਾ ਚੌਂਕ ਹੈ। ਮੈਂ ਪਿੱਛੇ ਦਿਖਾ ਦਿੰਦਾ ਤੁਹਾਨੂੰ ਕਿ ਪਟਵਾਰ ਖਾਨਾ ਇੱਧਰ ਚੌਂਕ ਹੈ ਅਤੇ ਨਾਲ ਹੀ ਪਰਲੀ ਸਾਈਡ ਪਟਵਾਰ ਖਾਨਾ, ਪੁਰਾਣਾ ਪਟਵਾਰ ਖਾਨਾ ਇਹਨੂੰ ਕਹਿੰਦੇ ਆ। ਉਸ ਥਾਂ ਇਹ ਵੀਰ ਦੀ ਜਿਹੜੀ ਹੈਗੀ ਇੱਥੇ ਸਟੋਲ ਲੱਗੀ ਹੋਈ ਹੈ। ਹੁਣ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਪਰਿਵਾਰ ਤੱਕ ਇਹ ਵੀਡੀਓ ਪੁੱਜਦੀ ਹੋ ਜੇ। ਅਤੇ ਅਸੀਂ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਸ ਵੀਰ ਨੂੰ ਜ਼ਰੂਰ ਲੈ ਕੇ ਜਾਵੇ, ਇਨਸਾਨੀਅਤ ਕਦੇ ਮਰਨੀ ਨਹੀਂ ਚਾਹੀਦੀ। ਅੱਜ ਦਾ ਯੁੱਗ ਤਕਨੀਕੀ ਯੁੱਗ ਹੈ, ਸੋਸ਼ਲ ਮੀਡੀਆ ਹਰ ਕੋਈ ਵਰਤਦਾ। ਸੋਸ਼ਲ ਮੀਡੀਆ ਦੇ ਜਿੱਥੇ ਬਹੁਤ ਸਾਰੇ ਲੋਕ ਕਹਿੰਦੇ ਨੁਕਸਾਨ ਹੈ, ਤਾਂ ਉੱਥੇ ਸੋਸ਼ਲ ਮੀਡੀਆ ਦੇ ਫਾਇਦੇ ਵੀ ਬਹੁਤ ਹੈ। ਜੇ ਕੋਈ ਗਰੀਬ, ਕੋਈ ਮਜ਼ਦੂਰ ਜਾਂ ਕਹਿ ਲਓ ਕੋਈ ਮਜਬੂਰ, ਉਹ ਸੋਸ਼ਲ ਮੀਡੀਆ ਦੇ ਉੱਤੇ ਉਸਦੀ ਬਾਰੇ ਵਿੱਚ ਅਸੀਂ ਚਰਚਾ ਕਰੀਏ ਤਾਂ ਉਹਦਾ ਕੋਈ ਨਾ ਕੋਈ ਵਾਲੀ ਵਾਰਸ ਲੱਭ ਸਕਦਾ, ਉਹਦਾ ਕੋਈ ਫਾਇਦਾ ਹੋ ਸਕਦਾ। ਅਜਿਹਾ ਇੱਕ ਵੀਰ ਸਾਡੇ ਨਾਲ ਹੈ ਜਿਹੜੇ ਕਿ ਰੂਪਨਗਰ ਦੇ ਵਿੱਚ ਖੜ੍ਹੇ ਆ, ਰੋਪੜ ਦੇ ਵਿੱਚ ਖੜ੍ਹੇ ਆ, ਪਰ ਉਹ ਆਧਾਰ ਕਾਰਡ ਉਹਨਾਂ ਕੋਲ ਦਿੱਲੀ ਦਾ ਹੈ। ਅਤੇ ਉਹਨਾਂ ਦੀ ਪਿੱਛੇ ਇੱਕ ਕਹਾਣੀ ਹੈ ਅਤੇ ਅਸੀਂ ਇਹ ਕਹਾਣੀ ਇਸ ਕਰਕੇ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਕਿ ਉਹਨਾਂ ਦਾ ਕੋਈ ਭਲਾ ਹੋ ਸਕੇ, ਉਹਨਾਂ ਦੀ ਜ਼ਿੰਦਗੀ ਜੋ ਇਸ ਸਮੇਂ ਮੁਸ਼ਕਲ ਬਣੀ ਹੋਈ ਆ ਉਹ ਸੁਖਾਲੀ ਹੋ ਸਕੇ। ਸਾਨੂੰ ਇੱਥੇ ਰਾਜੂ ਸਤਿਆਲ ਜੀ ਨੇ ਇਹਨਾਂ ਦੇ ਬਾਰੇ ਵਿੱਚ ਜਾਣਕਾਰੀ ਲੈ ਕੇ ਸੱਦਿਆ। ਸੋ ਬਾਈ ਜੀ, ਤੁਸੀਂ ਅੱਜ ਸਾਨੂੰ ਇੱਥੇ ਸੱਦਿਆ, ਕੀ ਇਹਨਾਂ ਵੀਰਾਂ ਦੀ ਕਹਾਣੀ ਅਤੇ ਤੁਹਾਨੂੰ ਕਿਵੇਂ ਲੱਗਿਆ ਵੀ ਇਹਨਾਂ ਦੀ ਮਦਦ ਹੋਣੀ ਚਾਹੀਦੀ? ਛੋਟੇ ਵੀਰ, ਮੈਨੂੰ ਆ ਮੇਰੇ ਲਵ ਦਾ ਫੋਨ ਆਇਆ ਸੀ ਰਾਤੀ ਜੀ, ਅਤੇ ਇਹ ਕਹਿੰਦਾ ਵੀ ਇੱਥੇ ਕੋਈ ਸਿੰਘ ਹੈ, ਬਈ ਰਾਤ ਦੇ ਇੱਥੇ ਸੌਂਦੇ ਨੇ, ਪਰਿਵਾਰ ਚੌਂਕ ਸੌਂਦੇ ਨੇ ਇੱਥੇ, ਅਤੇ ਇਹ ਕੋਈ ਰੇੜੀ ਲਾਈ ਇੱਥੇ ਇਹਨਾਂ ਨੇ, ਵੀ ਦਿੱਲੀ ਦੇ ਲੱਗਦੇ ਨੇ ਸਾਨੂੰ, ਜੋ ਬੋਲੀ ਤੋਂ ਦੱਸਿਆ ਇਹਨਾਂ ਨੇ। ਇੱਥੇ ਅਸੀਂ ਆ ਕੇ ਪਤਾ ਜਦੋਂ ਕੀਤਾ ਇੱਥੇ ਆਉਣ ਕੇ ਇਹਨਾਂ ਨੂੰ, ਦਿੱਲੀ ਦੇ ਨੇ, ਵਾਕਈ ਦਿੱਲੀ ਦੇ ਨਿਕਲੇ। ਅਤੇ ਇਹ ਕਹਿੰਦੇ ਨੇ ਮੇਰੀ ਇੱਕ ਭੈਣ ਟੋਰਾਂਟੋ ਰਹਿੰਦੀ ਹੈ, ਇੱਕ ਸਿਸਟਰ ਕਹਿੰਦਾ ਮੇਰੀ ਪਾਣੀਪਤ ਰਹਿੰਦੀ ਹੈ, ਦੋ ਬ੍ਰਦਰ ਦਿੱਲੀ ਰਹਿੰਦੇ ਆ। ਉਹ ਕਹਿੰਦਾ ਮੈਨੂੰ ਭਰਾਵਾਂ ਨੇ ਕੁੱਟ ਕੇ ਕੱਢਿਆ ਘਰੋਂ ਬਾਹਰ, ਜੋ ਦੱਸਦੇ ਨੇ। ਕੁੱਟਣ ਦਾ ਕੀ ਕਾਰਨ ਹੈ ਮੈਨੂੰ ਨਹੀਂ ਪਤਾ, ਕਿਉਂ ਕੁੱਟਿਆ ਉਹਨਾਂ ਨੇ। ਫਿਰ ਉਸ ਤੋਂ ਬਾਅਦ ਇਹ ਕਹਿੰਦੇ ਨੇ ਮੇਰੇ ਕੋਲ ਆਧਾਰ ਕਾਰਡ ਦਿੱਲੀ ਦਾ ਹੈਗਾ, ਉੱਥੇ ਆਸ਼ਰਮ ਰੋਡ ਦੇ ਉੱਤੇ ਮਕਾਨ ਦੱਸਦੇ ਕਿਸੇ ਕਲੋਨੀ 'ਚ ਆਪਣਾ ਹੈ, 40-50 ਗਜ਼ 'ਚ ਮਕਾਨ ਹੈਗਾ। ਜੇ ਮਕਾਨ ਦੇਖਿਆ ਉਸ ਏਰੀਏ 'ਚ ਜਿਹੜਾ 40-50 ਦਾ ਮਕਾਨ ਜਿਹੜਾ ਹੈਗਾ, ਉਹ ਭਾਈ ਸਾਹਿਬ ਮਕਾਨ ਦੀ ਕੀਮਤ 2-2.5 ਕਰੋੜ ਦੀ ਅੱਜ ਦੀ ਡੇਟ 'ਚ ਹੋਣੀ ਹੈ ਉਸ ਮਕਾਨ ਦੀ ਕੀਮਤ ਜਿਹੜੀ ਹੋਣੀ ਹੈ। ਇਹ ਇਹ ਕਹਿੰਦੇ ਜਾਂ ਤਾਂ ਮੈਨੂੰ ਉਹਦੇ ਮਕਾਨ ਦਾ ਹਿੱਸਾ ਦੇ ਦੇਣ। ਇਹ ਵਿਚਾਰਾ ਦਰ ਦਰ ਦੇ ਠੋਕਰ ਖਾਂਦਾ ਫਿਰਦਾ। ਪਹਿਲਾਂ ਦਿੱਲੀਓਂ ਨਿਕਲ ਕੇ ਫਤਿਹਗੜ੍ਹ ਸਾਹਿਬ 'ਚ ਰਹੇ, ਫਤਿਹਗੜ੍ਹ ਸਾਹਿਬ ਤੋਂ ਕਹਿੰਦੇ ਅਸੀਂ ਕੁਰਾਲੀ ਆ ਗਏ, ਕੁਰਾਲੀ ਤੋਂ ਰੋਪੜ ਇੱਥੇ ਡੇਰਾ ਲਾਇਆ ਇਹਨਾਂ 7 ਕੁ ਦਿਨ ਤੋਂ, ਆਹ ਸੈਟਅਪ ਲਾਇਆ ਇਹਨਾਂ ਨੇ, ਇਹਨਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਦੇ ਜਾਂਦਾ ਸਾਨੂੰ? ਦੇਖੋ, ਸਾਨੂੰ ਰਾਤੀ ਪਤਾ ਲੱਗਿਆ। ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਜਿਹੜੇ ਬ੍ਰਦਰ ਨੇ ਉਹਨਾਂ ਨੂੰ, ਕਹਿੰਦੇ ਹਾਂ ਬਈ ਭਰਾਵੋ, ਜੇ ਤੁਸੀਂ ਸਾਂਭ ਸਕਦੇ ਹੋ ਇਹਨੂੰ ਤਾਂ ਸਾਂਭੋ ਤੁਸੀਂ ਇਹਨੂੰ, ਤੁਹਾਡਾ ਪਰਿਵਾਰ ਜਿਹੜਾ ਕੋਈ ਮਸਲਾ ਉਲਝਿਆ ਹੈ ਉਹਨੂੰ ਬੈਠ ਕੇ ਹੱਲ ਕਰੋ, ਤਾਂ ਕਿ ਭਰਾ ਸਾਡਾ ਇਹ ਦਰਦ ਦੇ ਠੋਕਰ ਨਾ ਖਾਵੇ। ਬਾਣਾਧਾਰੀ ਸਿੰਘ ਹੈ, ਅਤੇ ਅਸੀਂ ਤਾਂ ਇਹ ਵੀ ਸਾਨੂੰ ਚਾਹੁੰਦੇ ਹਾਂ ਵੀ ਗੁਰੂ ਦਾ ਸਿੰਘ ਰੁਲ ਰਿਹਾ ਜਗ੍ਹਾ ਜਗ੍ਹਾ ਦੇ ਉੱਤੇ, ਅਤੇ ਇੱਦਾਂ ਨਹੀਂ ਹੋਣਾ ਚਾਹੀਦਾ, ਮੈਂ ਤਾਂ ਇਹ ਕਹਿੰਦਾ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਮੋਹਿਤ ਸਿੰਘ ਹੈਗਾ। ਮੋਹਿਤ ਸਿੰਘ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਮੈਂ ਦਿੱਲੀ ਦਾ ਰਹਿਣ ਵਾਲਾ ਹਾਂ। ਅੱਛਾ ਜੀ, ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸੇ ਤਰ੍ਹਾਂ ਸੜਕਾਂ ਦੇ ਉੱਤੇ? 4 ਸਾਲ ਹੋ ਗਏ। 4 ਸਾਲ ਹੋ ਗਏ ਜੀ। ਕਹਾਣੀ ਕੀ ਬਣਦੀ ਪਿੱਛੇ ਦੀ, ਕਿਉਂ ਸੜਕਾਂ ਤੇ ਆਉਣਾ ਪਿਆ? ਇਹ ਕਹਿੰਦੇ ਆ ਕਿ ਮੇਰੇ ਮਾਂ ਪਿਓ ਸਪੈਰ ਹੋ ਗਏ, ਤਾਂ ਕਰਕੇ ਫਿਰ ਮੇਰੇ ਬ੍ਰਦਰੋਂ ਨੇ, ਮੇਰੇ ਭਾਈਓ ਨੇ ਮੈਨੂੰ ਘਰੋਂ ਤੇ ਨਿਕਾਲਤਾ। ਮੈਨੂੰ ਮਾਰਿਆ, ਕੁੱਟਿਆ ਉਹਨਾਂ ਨੇ, ਬਹੁਤ ਬੁਰੀ ਤਰ੍ਹਾਂ ਮਾਰਿਆ ਉਹਨਾਂ ਨੇ। ਕਿੰਨੇ ਭਰਾ ਜੀ ਤੁਹਾਡੇ? ਅਸੀਂ 3 ਭਰਾ। 2 ਭਰਾ ਹੋ ਰਹਿ ਗਏ ਤੁਹਾਡੇ? ਹਾਂਜੀ। ਭੈਣਾਂ ਜੀ? ਭੈਣਾਂ 2 ਹੈ, ਇੱਕ ਵਿਦੇਸ਼ 'ਚ ਰਹਿੰਦੀ ਹੈ, ਇੱਕ ਪਾਣੀਪਤ 'ਚ ਰਹਿੰਦੀ ਆ। 2 ਭੈਣਾਂ? ਹਾਂਜੀ। ਉਹਨਾਂ ਨੂੰ ਤੁਸੀਂ ਮਿਲ ਨਹੀਂ ਸਕੇ ਜਾਂ ਉਹ ਉਹਨਾਂ ਦਾ ਵੀ ਰਵੱਈਆ ਸੇਮ ਆ ਤੁਹਾਡੇ ਨਾਲ? ਉਹਨਾਂ ਦੇ ਹੀ ਉਹ ਵੀ ਉਹੀ ਹੈ।
ਦੋਨੇ ਉਸੇ ਤਰ੍ਹਾਂ ਹੀ ਆ। ਘਰ ਬਾਰ ਦੇ ਹੁੰਦੇ ਆ, ਮਾਤਾ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਤੁਸੀਂ ਹੁਣ ਲਾਵਾਰਿਸ ਹੋ? ਲਾਵਾਰਿਸ ਆ ਬਿਲਕੁਲ। ਮੈਂ ਬਸ ਅਬ ਆਪਣਾ ਇਹ ਸਮਾਨ ਕਮਾਉਣ ਕਰਕੇ ਆਪਣਾ ਇੱਥੇ ਹੀ ਪੈ ਜਾਂਦੇ ਹਾਂ ਰਾਤੀ। ਅੱਛਾ ਜੀ। ਇੱਥੇ ਹੀ ਸੌ ਜਾਂਦੇ ਹਾਂ, ਫਿਰ ਸਵੇਰੇ ਉੱਠ ਕੇ ਇਸ਼ਨਾਨ ਉਸ਼ਨਾਨ ਕਰਕੇ ਆਪਣੇ ਕੇਸ ਵੇਸ ਕਰਕੇ ਫਿਰ ਉਹਦੇ ਬਾਅਦ ਦਸਤਾਰ ਵਸਤੂਰ ਬੰਧ ਕੇ ਫਿਰ ਆਪਣਾ ਪਾਠ ਵੂਠ ਕਰਕੇ ਫਿਰ ਆਪਣਾ ਦੁੱਧ ਲੈਣ ਕੇ ਫਿਰ ਮੈਂ ਫਿਰ ਇੱਥੇ ਆ ਕੇ ਦੁਕਾਨ ਲਾਉਂਦੇ ਹਾਂ। ਫਿਰ ਹੁਣ ਤੁਹਾਡੇ ਜਿਹੜੇ ਹੱਥ ਤੁਸੀਂ ਦੇਖ ਰਹੇ ਹਾਂ ਵੀ ਇਹ ਸਰੀਰਕ ਤੌਰ 'ਤੇ ਵੀ ਚੈਲੇਂਜ ਹੋ, ਤੁਸੀਂ ਇਹ ਇਹ ਸਮੱਸਿਆ ਕੀ ਹੈ ਜੀ? ਇਹ 3 ਸਾਲ ਦੀ ਉਮਰ 'ਚ ਮੇਰਾ ਪੈਰਾਲਾਈਜ਼ ਹੋ ਗਿਆ ਸੀ, ਆਧੀ ਸਾਈਡ ਮੇਰੀ ਮਾਰੀ ਗਈ ਆ। ਅੱਛਾ ਜੀ। ਬਟ ਫਿਰ ਵੀ ਮੈਂ ਆਪਣੀ ਮਿਹਨਤ ਕਰਨੀ ਆ, ਫਿਰ ਵੀ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਣੇ। ਇਹ ਹੈ ਕਿ ਕੋਈ ਮੈਨੂੰ ਦੇਵੇ ਤਾਂ ਮੈਂ ਕੱਖ ਨਹੀਂ। ਤੁਸੀਂ ਯਤਨ ਕਰਿਆ ਕਦੇ ਮੁੜ ਕੇ ਘਰ ਜਾਣ ਦਾ ਜੀ, ਜਾਂ ਕੋਈ ਸੰਪਰਕ ਕਰਨ ਦਾ ਉਹਨਾਂ ਦੇ ਨਾਲ ਵੀ? ਕਰਿਆ ਪਰ ਮਗਰ ਉਹ ਨਹੀਂ, ਉਹਨਾਂ ਨੇ ਪੁੱਛਿਆ ਨਹੀਂ ਤੁਹਾਨੂੰ? ਕੋਈ ਨਹੀਂ ਵੀਰੇ, ਆਪਾਂ ਹੌਸਲਾ ਨਹੀਂ ਛੱਡਣਾ, ਸਾਰੇ ਭਰਾ ਜੇ ਤੁਸੀਂ ਤੁਹਾਡੇ ਨਾਲ, ਠੀਕ ਹੈ ਜੀ? ਹੌਸਲਾ ਨਹੀਂ, ਢੇਰੀ ਨਹੀਂ ਢਾਣੀ, ਤੁਸੀਂ ਮਿਹਨਤ ਕਰਦੇ ਹੋ, ਕਿਰਤ ਕਰਦੇ ਹੋ ਜੀ। ਜੇ ਤੁਸੀਂ ਦੁਬਾਰਾ ਗਏ ਸੀ ਫਿਰ ਕੀ ਹੋਇਆ ਤੁਹਾਡੇ ਨਾਲ ਉੱਥੇ? ਕੱਖ ਨਹੀਂ ਹੋਇਆ। ਪੁੱਛਿਆ ਨਹੀਂ ਕਿਸੇ ਨੇ? ਕੀ ਕਹਿੰਦੇ ਆ ਜੀ ਫਿਰ ਤੁਹਾਡੇ ਭਰਾ? ਜਦੋਂ ਤੂੰ ਅੱਜ ਅੱਜ ਦੇ ਬੱਲੇ ਤੂੰ ਮਰ ਜਾ ਸਾਲੇ, ਉਹ ਹੀ ਸਹੀ ਕਹਿੰਦੇ, ਗਾਲਾਂ ਕੱਢਦੇ ਆ ਜੀ। ਸੋ ਫਿਰ ਹੁਣ ਜੀ ਜਿਹਨਾਂ ਨੇ ਇਹਨਾਂ ਨੂੰ ਕੱਢ ਹੀ ਦਿੱਤਾ ਜੀ, ਗਾਲਾਂ ਕੱਢੀਆਂ, ਉਹ ਇਹਨਾਂ ਨੂੰ ਰੱਖਣਗੇ ਤਾਂ ਹੈ ਨਹੀਂ? ਦੇਖੋ ਫਿਰ ਇਹਨੂੰ ਤਾਂ ਕਹਿੰਦੇ ਵੀ ਇਨਸਾਨੀ ਜਿਹੜੀ ਤਾਰ ਤਾਰ ਹੋਈ ਹੋਈ ਹੈ, ਉਹ ਇਹ ਵਿਚਾਰਾ ਹੈਂਡੀਕੈਪਡ ਹੈਗਾ। ਹੋ ਸਕਦਾ ਇਹਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ, ਜਿਵੇਂ ਭਰਾ ਦੇ ਆਪਸ ਲੜਦੇ ਹੋ ਸਕਦਾ, ਮੈਨੂੰ ਨਹੀਂ ਪਤਾ। ਪਰ ਇੰਨਾ ਵੀ ਇਹ ਨਹੀਂ ਹੋਣਾ ਚਾਹੀਦਾ, ਇਹ 'ਚ ਇੱਦਾਂ ਨਹੀਂ ਨਿਰਦਈ ਹੋਣਾ ਚਾਹੀਦਾ ਆਪਾਂ ਨੂੰ, ਇਹਦੀ ਦੇਖਭਾਲ ਕਰ ਲੈਣ, ਜਾਂ ਉਹ ਇਹ ਕਹਿੰਦਾ ਮੈਨੂੰ ਬਣਦਾ ਹਿੱਸਾ ਦੇ ਦੇਣ, ਮੈਂ ਆਪਣਾ ਦਿੱਲੀ ਕਿਤੇ ਰਹਿ ਲਵਾਂ, ਕਿਤੇ ਆਪਣੀ ਜਿਹੜੀ ਗੁਜ਼ਾਰਾ ਮੇਰਾ ਆਉਂਦਾ ਰਹੇ ਮਾੜਾ ਜਿਹਾ ਮਾੜਾ ਮੋਟਾ, ਮੈਂ ਆਪਣੀ ਜ਼ਿੰਦਗੀ ਮਾੜੀ ਮੋਟੀ ਬਸਰ ਕਰ ਲਵਾਂ। ਇਹ ਤਾਂ ਹੁਣ ਦੇਖਿਆ ਵੀ ਇੱਥੇ ਰੇਹੜੀ ਲਾਈ ਹੋਈ ਹੈ ਵੀ ਜਿਵੇਂ ਕਿਹਾ, ਰੇਹੜੀ ਮੇਮੇ ਪੈਂਚਰ ਲੱਗਦੀ ਹੈ, ਪਤਾ ਨਹੀਂ ਕਿਵੇਂ ਰੇੜ ਦੇ ਕਿਵੇਂ ਹੋਣੇ ਨੇ ਇਹ, ਅਤੇ ਕਿਵੇਂ ਕਰਦੇ ਹੋਣੇ ਨੇ, ਅਤੇ ਲੱਤ ਵੀ ਨਹੀਂ ਚੱਲਦੀ ਪ੍ਰੋਪਰ ਇਹਦੇ, ਗਾਂਹ ਨਹੀਂ ਚੱਲਦੀ ਗੀ, ਅਤੇ ਹੁਣ ਦੱਸਦੇ ਨੇ ਵੀ ਇੱਥੇ ਪਟਵਾਰ ਚੌਂਕ 'ਚ ਕਦੀ ਚਾਹ ਮੇਰੀ ਚੱਲ ਜਾਂਦੀ ਹੈ, ਕਦੀ ਚਾਹ ਸਾਹਮਣੇ ਜਿਹੜਾ ਦਫ਼ਤਰ ਹੈਗਾ ਅਤੇ ADC ਸਾਹਿਬ ਦਾ, ਉੱਥੇ ਚਾਹ ਚੱਲ ਜਾਂਦੀ ਹੈ। ਅਤੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ, ਅਪੀਲ ਕਰਦੇ ਹਾਂ ਅਸੀਂ ਬਈ ਤੁਹਾਡਾ ਫੈਮਿਲੀ ਮੈਂਬਰ ਹੈਗਾ, ਸਭ ਕੁਛ ਬੋਲ ਲੈਂਦਾ, ਕੋਈ ਵਿਚਾਰਾ ਪਾਗਲ ਨਹੀਂ ਹੈਗਾ, ਉਹ ਬੈਠ ਕੇ ਆਪਣਾ ਮਸਲਾ ਹੱਲ ਕਰ ਲਓ, ਅਤੇ ਇਹਨੂੰ ਤਾਂ ਕਿ ਦਿੱਲੀ ਲੈ ਜਾਣਾ, ਵਾਪਸ ਲੈ ਜਾਣਾ ਅੱਗੇ, ਤਾਂ ਕਿ ਇਹ ਇੱਥੋਂ ਰੁੜ ਜਿਹੜਾ ਇੱਥੇ ਰੁੜ ਰਿਹਾ ਹੈ, ਉਹ ਰੋਣ ਤੋਂ ਵੱਜ ਜਾਵੇ ਸੀ। ਜੇ ਕੋਈ ਹੁਣ ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ, ਫੋਨ ਹੈਗਾ ਕੋਈ? ਮੇਰੇ ਕੋਲ ਫੋਨ ਤਾਂ ਹੈਗਾ, ਮੇਰਾ ਮੋਬਾਈਲ ਉੱਥੇ ਚਾਰਜਿੰਗ ਤੇ ਲੱਗਿਆ ਹੋਇਆ। ਜੇ ਤੁਹਾਡੇ ਘਰ ਦੇ ਤੁਹਾਨੂੰ ਸੰਪਰਕ ਕਰਨਾ ਚਾਹੁਣ, ਜਾਂ ਉਹਨਾਂ ਦੇ ਮਨ 'ਚ ਦਇਆ ਆ ਜਾਵੇ, ਤਾਂ ਕਿਹੜੇ ਨੰਬਰ ਤੇ ਸੰਪਰਕ ਕਰਨ? ਨੰਬਰ ਦੱਸ ਦਿਓ ਆਪਣਾ। ਵੀਰ ਜੀ ਨੂੰ ਨੰਬਰ ਦੇ ਰੱਖਿਆ ਆਪਣਾ। ਅੱਛਾ ਜੀ, ਵੀਰੇ ਹੈਗਾ ਨੰਬਰ ਤੁਹਾਡੇ ਕੋਲ? ਹਾਂਜੀ ਹੈਗਾ। ਹਾਂ, ਨੰਬਰ ਯਾਦ ਨਹੀਂ ਹੈ, ਇਸ ਲਈ ਮੈਂ ਵੀਰ ਜੀ ਨੂੰ ਆਪਣੇ ਫੋਨ ਤੇ ਦਿੱਤਾ ਸੀ ਨੰਬਰ ਅੱਜ ਸਵੇਰੇ। ਨੰਬਰ ਬੋਲ ਕੇ ਦੱਸ ਦਿਓ ਜੀ, ਨੰਬਰ ਹੈਗਾ ਇਹਨਾਂ ਦਾ 9813405848, 9814308548। ਸੋ ਇਹ ਨੰਬਰ ਹੈ ਇਹਨਾਂ ਦਾ, ਜੇ ਇਹਨਾਂ ਦੇ ਘਰ ਦੇ ਦੇਖਦੇ ਆ ਤਾਂ ਬੇਨਤੀ ਹੈ ਉਹਨਾਂ ਨੂੰ ਕਿ ਜਿੰਨਾ ਹੱਕ ਤੁਹਾਡਾ ਉਹ ਘਰ ਦੇ ਉੱਤੇ ਸੀ ਉਨਾ ਹੀ ਇਹਨਾਂ ਦਾ, ਮਾਪੇ ਇਹਨਾਂ ਦੇ ਵੀ ਉਨੇ ਹੀ ਸੀ। ਜਿਹੜੀ ਸਿਸਟਰ ਜੀ ਟੋਰਾਂਟੋ ਬੈਠੇ ਆ ਜੀ, ਅਸੀਂ ਉਹ ਭੈਣ ਜੀ ਨੂੰ ਬੇਨਤੀ ਕਰਦੇ ਹਾਂ ਜੀ, ਦੇਖੋ ਤੁਹਾਡਾ ਬ੍ਰਦਰ ਹੈ ਜੀ, ਚਾਹੇ ਉਹਨੂੰ ਪੈਰਲੈਸ ਹੋਇਆ, ਉਹ ਦਰਦ ਨੇ ਠੋਕਰ ਖਾ ਰਿਹਾ ਹੈ ਨਾ, ਜਿਹੜੀ ਸਿਸਟਰ ਹੈ ਪਾਣੀਪਤ ਵਾਲੀ, ਅਸੀਂ ਉਹਨੂੰ ਬੇਨਤੀ ਕਰਦੇ ਹਾਂ। ਇਹਦਾ ਜਿਹੜਾ ਬ੍ਰਦਰ ਹੈ ਇੱਕ ਜਿਹੜਾ ਇਹਨੂੰ ਵਿਛੜ ਕੇ ਚਲਾ ਗਿਆ, 15-20 ਸਾਲ ਹੋ ਗਿਆ, ਤਾਂ ਮੈਨੂੰ ਮਿਲਿਆ ਹੀ ਨਹੀਂ ਉਹ ਦਿੱਲੀ 'ਚ, ਅਤੇ ਇੱਕ ਜਿਹੜਾ ਬ੍ਰਦਰ ਨੇ ਜਿਹੜਾ ਮਕਾਨ ਸਾਂਭਿਆ ਹੋਇਆ, ਅਸੀਂ ਉਹਨੂੰ ਕਹਿੰਦੇ ਹਾਂ ਵੀ ਭਰਾਵਾ ਇਹਨਾਂ ਦਾ ਕੁਛ ਲੈ ਜਾ ਇਹਨਾਂ ਨੂੰ ਇੱਥੇ ਆ ਕੇ, ਜੇ ਨਹੀਂ ਲੈ ਕੇ ਜਾਊਗਾ ਭਾਅ ਜੀ ਇਹ ਦੇਖੋ ਇਹਨਾਂ ਦਾ ਅਸੀਂ ਅੱਜ ਕਰ ਲਾਂਗੇ, ਕੱਲ੍ਹ ਹੋਰ ਕਰ ਲੂਗਾ, ਪਰਸੋਂ ਕੋਈ ਹੋਰ ਕਰ ਲੂਗਾ, ਹੈ ਨਾ, ਇਹ ਵਿਚਾਰੇ ਦੇ ਹਾਲ ਤਾਂ ਇੱਦਾਂ ਹੀ ਰਹਿਣਾ। ਅਤੇ ਇਹ ਐਕਚੁਲੀ ਹੋਰ ਪਾਸੇ ਜਾਣਾ ਚਾਹੁੰਦਾ ਸੀ, ਪ੍ਰਭਾਸ ਨਾਲ ਗੱਲ ਕਰੀ ਸੀਗੀ, ਜਾਂ ਜਿੱਥੇ ਕੱਲ੍ਹ ਤੁਸੀਂ ਉਹ ਰੋਜ਼ ਮੈਡਮ ਲੈ ਗਏ ਨੇ ਉੱਥੇ ਹੁਸ਼ਿਆਰਪੁਰ ਵਾਲੇ, ਇਹ ਗੱਲ ਵੀ ਨਹੀਂ ਕਰਨ ਦਾ, ਕਹਿੰਦਾ ਕਿਸੇ ਨਾਲ ਗੱਲ ਨਹੀਂ ਕਰਨੀ, ਮੈਂ ਆਪਦੀ ਮਿਹਨਤ ਕਰਨੀ ਹੈ, ਮੈਂ ਆਪਦੀ ਖਾਣੀ ਹੈ। ਅਤੇ ਇਹਦਾ ਤਾਂ ਫਿਰ ਅਸੀਂ ਤਾਂ ਸੜਕਾਂ 'ਤੇ ਹੀ ਨੇ, ਜੋ ਜੋ ਨਹੀਂ ਹੱਲ ਨਿਕਲੂਗਾ ਇਹਦਾ ਤਾਂ ਸੜਕਾਂ ਤਾਂ ਰਹੂਗਾ ਜੀ, ਇਹ ਮੈਨੂੰ ਕਹਿੰਦਾ ਮੈਨੂੰ ਕਿਸੇ ਕਮਰਾ ਇੱਥੇ ਲਾ ਦਿਓ ਕਿਤੇ ਇੱਥੇ, ਭਾਅ ਜੀ ਤੁਹਾਨੂੰ ਪਤਾ ਪ੍ਰਵਾਸੀਆਂ ਨੇ ਤਾਂ ਹੁਣ ਜਿਹੜਾ ਕਮਰਾ ਵੀ ਇਕੱਲੇ ਬੰਦੇ ਨੂੰ
ਸ਼ਾਇਦ ਹੀ ਕੋਈ ਦੇਣ ਇੱਦਾਂ ਇਸ ਤਰ੍ਹਾਂ ਦੀ ਹਾਲਾਤ ਦੇਖ ਕੇ। ਆਪਾਂ ਹੁਣ ਇਹਦਾ ਕੋਈ ਹੱਲ ਕਰ ਸਕਦੇ ਹਾਂ ਜਦੋਂ ਤੱਕ ਜੇ ਉਹ ਨਹੀਂ ਕਰਦੇ? ਅਸੀਂ ਕਹਿੰਦੇ ਹਾਂ ਵੀ ਜਾਂ ਤਾਂ ਗੁਰਦੁਆਰਾ ਸਾਹਿਬ ਜੀ ਨੂੰ ਉਹਦੇ ਹਵਾਲੇ ਹੋ ਜਾਵੇ ਇਹ, ਜਾਂ ਫਿਰ ਇਹਨੂੰ ਕਿਤੇ ਮੁਹੱਲੇ 'ਚ ਕਮਰਾ ਕੁਮਰਾ ਲੈ ਦਈਏ। 2500 ਨੂੰ ਪੈਨਸ਼ਨ ਆਉਂਦੀ ਹੈ, ਇਹ ਕਹਿੰਦਾ 300-400, 150-200 ਜੋ ਵੀ ਇੱਥੋਂ ਦੁਕਾਨ ਤੋਂ ਮੈਂ ਵੜਦਾ, ਅਤੇ ਕਹਿੰਦਾ ਮੈਂ ਉਹਦੇ ਨਾਲ ਆਪਣਾ ਮੇਰਾ ਰਾਹ ਚੱਲੀ ਜਾਊਗਾ। ਪਰ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਰਾਏ 'ਤੇ ਬਹੁਤਾ ਦੇਰ ਰਹਿ ਸਕੂਗਾ ਇਹ, ਅਤੇ ਕਿੰਨੀ ਕੁ ਚਿਰ ਗੁਰਦੁਆਰੇ ਵਾਲੇ ਵੀ ਰੱਖ ਲੈਣਗੇ ਇਹਨੂੰ, ਅਤੇ ਅਕਸਰ ਹੱਲ ਤਾਂ ਇਹਦਾ ਪੱਕੇ ਤੁਰਤ ਤਾਂ ਹੀ ਨਿਕਲੂਗਾ ਨਾ ਜੀ। ਅਤੇ ਜਦੋਂ ਤੱਕ ਇਹਦੇ ਪਰਿਵਾਰ ਨਾਲ ਸੰਪਰਕ ਇਹਦਾ ਨਹੀਂ ਹੁੰਦਾ, ਉਦੋਂ ਤੱਕ ਅਸੀਂ ਨੱਠ ਭੱਜ ਕਰਾਂਗੇ, ਕੁਛ ਨਾ ਕੁਛ ਇਹਦੇ ਵਾਸਤੇ ਕਰਦੇ ਹਾਂ, ਕਿਤੇ ਨਾ ਕਿਤੇ ਇਹਨੂੰ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹਨੂੰ ਕਿਤੇ ਨਾ ਕਿਤੇ। ਸਾਡੀ ਤਾਂ ਇਹੀ ਅਪੀਲ ਹੈ ਉਹਨਾਂ ਨੂੰ ਵੀ, ਬਈ ਤੁਹਾਨੂੰ ਫਿਰ ਦੁਬਾਰਾ ਇੱਕ ਵਾਰੀ ਫਿਰ ਅਪੀਲ ਕਰਦੇ ਹਾਂ, ਭਰਾਵੋ ਚੰਗਾ ਭਲਾ ਬੰਦਾ ਹੈਗਾ, ਇਹਨੂੰ ਸਾਂਭੋ ਤੁਸੀਂ ਆ ਕੇ। ਹਾਂਜੀ ਤਾਂ ਬਿਲਕੁਲ ਪਰਿਵਾਰ ਦਾ ਫਰਜ਼ ਬਣਦਾ, ਪਰਿਵਾਰ ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਲਈ ਹੁੰਦਾ। ਸੋ ਉਹ ਪਰਿਵਾਰ ਨੂੰ ਅਪੀਲ ਹੈ ਕਿ ਆਪਣਾ ਵੀਰ ਜਿਹੜਾ ਹੈਗਾ ਇਹਨਾਂ ਨੂੰ ਜ਼ਰੂਰ ਸਾਂਭਿਆ ਜਾਵੇ। ਅਤੇ ਵੀਰੇ ਕੀ ਤੁਹਾਡੀਆਂ ਹੁਣ ਲੋੜਾਂ, ਕੋਈ ਜ਼ਰੂਰਤ ਤੁਹਾਨੂੰ ਹੈਗੀ ਆ ਜਿਹੜੀ, ਇਹ ਤੁਹਾਨੂੰ ਸਮਾਨ ਕਿਹਨੇ ਲੈ ਕੇ ਦਿੱਤਾ? ਮੈਨੂੰ ਕੁਰਾਲੀ 'ਤੇ ਕਿਸੇ ਨੇ ਹੈਲਪ ਕੀਤੀ ਸੀ, ਸੱਜਣ ਨੇ ਲੈ ਕੇ ਦਿੱਤਾ ਜੀ, ਰੇੜੀ ਬਣਵਾ ਕੇ ਦਿੱਤੀ ਸੀ ਮੈਨੂੰ, ਰੇੜੀ ਬਣਵਾ ਕੇ ਦਿੱਤੀ, ਫਿਰ ਉਹਨਾਂ ਨੇ ਮੈਨੂੰ ਮੇਜ਼ ਬਣਵਾ ਕੇ ਦਿੱਤੀ, ਗੈਸ ਚੂਲਾ ਸਭ ਕੁਝ ਉਹਨਾਂ ਨੇ ਬਣਵਾ ਕੇ ਦਿੱਤਾ। ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਆ, ਜੇ ਕੋਈ ਤੁਹਾਡਾ ਵੀਰ ਭਰਾ ਇਸ ਪਰਸਨ ਨੂੰ ਕਰ ਲਿਓ ਜੀ, ਜੇ ਕੋਈ ਮਦਦ ਕਿਸੇ ਤਰ੍ਹਾਂ ਦੀ ਤੁਹਾਨੂੰ ਜਿਹੜੀ ਜ਼ਰੂਰਤ ਹੈ, ਜੇ ਕੋਈ ਕਰਨਾ ਚਾਹੇ? ਕੋਈ ਕੱਖ ਜ਼ਰੂਰਤ ਨਹੀਂ ਹੈ, ਬਸ ਇਹ ਹੈ ਬੇਨਤੀ ਜੋ ਕੋਈ ਮੇਰੀ ਵੀਡੀਓ ਵੇਖ ਰਿਹਾ ਹੋਵੇ, ਕੋਈ ਮੈਨੂੰ ਕੁਛ ਕਰ ਰਿਹਾ ਹੋਵੇ, ਤਾਂ ਮੇਰੀ ਜੋ ਆਪਣੇ ਮਾਂ ਬਾਪ ਦੀ ਸੇਵਾ ਕਰ ਲਏ, ਉਹੀ ਮੈਨੂੰ ਬਸ ਬਿਹਤਰ ਹੈ। ਬਸ ਤੁਸੀਂ ਸੁਨੇਹਾ ਹੀ ਦੇਣਾ ਚਾਹੁੰਦੇ ਹੋ? ਬਸ ਆਪਣੇ ਜੈਸੇ ਮੇਰੇ ਸਾਥ ਤੁਹਾਡੇ ਭਰਾ ਜਾਂ ਤੁਹਾਡੇ ਭੈਣਾਂ ਆ ਕੇ ਤੁਹਾਨੂੰ ਲੈ ਜਾਣ, ਫਿਰ ਤੁਸੀਂ ਚੱਲ ਜਾਓਗੇ ਉਹਨਾਂ ਦੇ ਨਾਲ? ਉਹ ਅੱਛੇ ਦੇ ਨਾਲ ਲੈ ਜਾਵੇ ਤਾਂ ਮੈਂ ਚਲਾ ਜਾਵਾਂਗਾ। ਕੋਈ ਵੀ ਆਪਣਾ ਮਾਂ ਬਾਪ ਦੇ ਆਪਣੇ ਭੈਣ ਭਾਈ ਨੂੰ ਕਦੀ ਵੀ ਤੰਗ ਨਾ ਕਰੇ, ਇਹ ਮੇਰੀ ਰਿਕੁਐਸਟ ਹੈ। ਜੈਸੇ ਮੈਂ ਰਹਿ ਰਿਹਾ ਐਸਾ ਕੋਈ ਭਾਈ ਨਾ ਰਹੇ, ਉਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਾਈਓ ਦੇ ਨਾਲ, ਭੈਣਾਂ ਦੇ ਨਾਲ। ਜੇ ਤੁਸੀਂ ਹੁਣ ਇਹ ਕੋਈ ਕਮਰਾ ਮਿਲ ਜਾਂਦਾ ਤੁਹਾਡਾ ਗੁਜ਼ਾਰਾ ਚੱਲ ਸਕੇਗਾ ਉਹਦੇ ਨਾਲ? ਚੱਲ, ਤੁਹਾਡੀ ਵਧੀਆ ਇੱਥੇ ਕਮਾਈ ਹੋ ਜਾਂਦੀ ਹੈ? ਹਾਂਜੀ ਹੋ ਜਾਂਦੀ ਹੈ, ਆਪਣੇ ਗੁਜ਼ਾਰੇ ਗੁਜ਼ਾਰੇ ਲਈ ਹੋ ਜਾਂਦੀ ਹੈ। ਤੁਸੀਂ ਫਿਰ ਜੇ ਕਮਰਾ ਵਗੈਰਾ ਕੋਈ ਪ੍ਰਬੰਧ ਹੋ ਗਿਆ ਰਹਿਣ ਲਈ, ਤਿਆਰ ਹੋ ਉੱਥੇ ਰਹਿ ਲਉਂਗੇ? ਹਾਂ ਰਹਿ ਲੂੰਗਾ ਮੈਂ। ਸੋ ਬਿਲਕੁਲ ਆਰਜ਼ੀ ਪ੍ਰਬੰਧ ਹੋ ਸਕਦਾ, ਸੋ ਸਤਿਆਲ ਹੋਰਾਂ ਨੇ, ਰਾਜੂ ਬਾਈ ਹੋਰਾਂ ਨੇ ਕਿਹਾ ਵੀ ਅਸੀਂ ਕਰਾਂਗੇ ਜਿੰਨਾ ਹੋ ਸਕਿਆ। ਪਰ ਫਿਰ ਵੀ ਇਹ ਅਪੀਲ ਹੈ ਕਿ ਵੀਰ ਦਰ ਦਰ ਦੀਆਂ ਠੋਕਰਾਂ ਖਾ ਰਿਹਾ, ਇਹ ਨਹੀਂ ਨਾ ਖਾਵੇ। ਇੱਕ ਬਾਣੇ ਦੇ ਵਿੱਚ ਸਿੰਘ ਹੈ ਅਤੇ ਕਿਰਤੀ ਹੈ, ਮਿਹਨਤ ਆਪਣੀ ਕਿਰਤ ਕਰ ਰਿਹਾ। ਸੋ ਪਰਿਵਾਰ ਨੂੰ ਅਪੀਲ ਹੈ, ਤੁਸੀਂ ਦੱਸ ਦਿਓ ਹੈ ਵੀ ਕਿੱਥੇ ਨੇ? ਅਸੀਂ ਇਸ ਸਮੇਂ ਜਿਹੜੇ ਹੈਗੇ ਰੋਪੜ ਦੇ ਵਿੱਚ ਪਟਵਾਰ ਖਾਨਾ ਹੈ ਜੀ, ਬਿਲਕੁਲ ਪਟਵਾਰ ਖਾਨਾ ਚੌਂਕ ਹੈ। ਮੈਂ ਪਿੱਛੇ ਦਿਖਾ ਦਿੰਦਾ ਤੁਹਾਨੂੰ ਕਿ ਪਟਵਾਰ ਖਾਨਾ ਇੱਧਰ ਚੌਂਕ ਹੈ ਅਤੇ ਨਾਲ ਹੀ ਪਰਲੀ ਸਾਈਡ ਪਟਵਾਰ ਖਾਨਾ, ਪੁਰਾਣਾ ਪਟਵਾਰ ਖਾਨਾ ਇਹਨੂੰ ਕਹਿੰਦੇ ਆ। ਉਸ ਥਾਂ ਇਹ ਵੀਰ ਦੀ ਜਿਹੜੀ ਹੈਗੀ ਇੱਥੇ ਸਟੋਲ ਲੱਗੀ ਹੋਈ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਹੀ, ਸਭ ਤੋਂ ਪਹਿਲਾਂ ਜ਼ਰੂਰੀ ਤਾਂ ਇਹੀ ਆ ਵੀ ਇਹਨਾਂ ਦਾ ਪਰਿਵਾਰ ਜੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਂਦੀ ਤਾਂ ਅਸੀਂ ਅਪੀਲ ਤੁਹਾਨੂੰ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਪਰਿਵਾਰ ਤੱਕ ਇਹ ਵੀਡੀਓ ਪੁੱਜਦੀ ਹੋ ਜੇ। ਅਤੇ ਅਸੀਂ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਸ ਵੀਰ ਨੂੰ ਜ਼ਰੂਰ ਲੈ ਕੇ ਜਾਵੇ। ਇਨਸਾਨੀਅਤ ਕਦੇ ਮਰਨੀ ਨਹੀਂ ਚਾਹੀਦੀ, ਘਰਾਂ ਦਾ ਪਿਆਰ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ। ਇਹਨਾਂ ਦਾ ਵੀ ਉਨਾ ਹੀ ਬਣਦਾ ਹੱਕ ਹੈ ਉਸ ਘਰ ਦੇ ਉੱਤੇ ਜੋ ਜੱਦੀ ਘਰ ਇਹਨਾਂ ਨੂੰ ਇਹਨਾਂ ਦੇ ਮਾਂ ਬਾਪ ਦੇ ਬਾਅਦ ਮਿਲਣਾ ਬਣਦਾ ਸੀ। ਸੋ ਉਹ ਘਰ ਵੀ ਇਹਨਾਂ ਨੂੰ ਮਿਲਣਾ ਚਾਹੀਦਾ, ਇਹਨਾਂ ਦੇ ਭੈਣ ਭਰਾਵਾਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਬਣਦਾ ਪਿਆਰ ਦੇਵੇ। ਅਤੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਹਨਾਂ ਨੂੰ ਇੱਥੇ ਰਹਿਣ ਦੇ ਲਈ ਜੋ ਯੋਗ ਪ੍ਰਬੰਧ ਉਦੋਂ ਤੱਕ ਕਰ ਦਿੱਤਾ ਜਾਵੇ। ਸੋ ਤੁਹਾਨੂੰ ਬੇਨਤੀ ਹੈ ਕਿ ਜਿੱਥੇ ਇਹਨਾਂ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਪਰਿਵਾਰ ਦਾ ਮੈਂਬਰ ਇਸ ਤਰ੍ਹਾਂ ਨਹੀਂ ਰੁਲਣਾ ਚਾਹੀਦਾ, ਉੱਥੇ ਅਸੀਂ ਇੱਕ ਕੰਮ ਜ਼ਰੂਰ ਕਰੀਏ ਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਦੇ ਪਰਿਵਾਰ ਤੱਕ ਜ਼ਰੂਰ ਪਹੁੰਚਦੀ ਕਰ ਦਈਏ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।